ਨਾਲ ਮੈਂ ਬੇਨਤੀ ਕਰਾਂਗਾ ਸਾਧ ਸੰਗਤ ਕਿਉਂਕਿ ਕਈ ਚੀਜ਼ਾਂ ਐਸੀਆਂ ਨੇ ਜਿਹੜੀਆਂ ਵੇਖਣ ਵਿੱਚ ਆਉਂਦੀਆਂ ਨੇ ਕਿਸਾਨ ਅੰਦੋਲਨ ਚੱਲ ਰਿਹਾ ਔਰ ਇਸ ਅੰਦੋਲਨ ਦੇ ਚੱਲਦਿਆਂ ਬੜੇ ਜਿਆਦਾ ਲੋਕ ਕੇ ਭਰਮ ਫੁਲਾ ਰਹੇ ਨੇ ਇਸ ਨੂੰ ਧਰਮਾਂ ਦੇ ਵਿੱਚ ਵੰਡਣਾ ਚਾਹੁੰਦੇ ਨੇ ਇਹਦੇ ਵਿੱਚ ਆਪਣੀ ਰਾਜਨੀਤੀ ਦਾ ਪ੍ਰਯੋਗ ਕਰਕੇ ਜਿਸ ਸਮੇਂ ਕਦੀ ਅੰਗਰੇਜ਼ ਐਸੀ ਰਾਜਨੀਤੀ ਚਲਾਉਂਦੇ ਸਨ ਮੈਨੂੰ ਯਾਦ ਆ ਇੱਕ ਲੇਖ ਅਖਬਾਰ ਵਿੱਚ ਆਇਆ 1920-25 ਦੇ ਵਿੱਚ ਅੰਗਰੇਜ਼ਾਂ ਨੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਇੱਕ ਘੜੇ ਵਿੱਚੋਂ ਸਾਰੇ ਪਾਣੀ ਪਿੰਦੇ ਸਨ Hindu Muslim ਸਾਰੇ ਉਹਨਾਂ ਨੇ ਦੋ ਘੜੇ ਰੱਖੇ ਇੱਕ ਘੜੇ ਤੇ ਲਿਖ ਦਿੱਤਾ ਮੁਸਲਮਾਨਾਂ ਦਾ ਘੜਾ ਇੱਕ ਤੇ ਹਿੰਦੂਆਂ ਦਾ ਘੜਾ ਪਾਣੀ ਹੋਈ ਲੋਕ ਵੇਖ ਕੇ ਪੀਣ ਲੱਗ ਪਏ ਇੱਕ ਸਿੱਖ ਹੋਇਆ ਮੈਂ ਨਾ ਉਹਨਾਂ ਦਾ ਮੈਨੂੰ ਵਿਸਰ ਗਿਆ ਉਹਨੇ ਉਦੋਂ ਜਾ ਕੇ ਦੋਵੇਂ ਘੜੇ ਭੰਨੇ ਉਹਨਾਂ ਨੇ ਕਿਹਾ ਸਾਨੂੰ ਅੱਢ ਅੱਢ ਘੜਿਆਂ ਦੀ ਲੋੜ ਨਹੀਂ ਅਸੀਂ ਭਰਾ ਭਰਾ ਹਾਂ ਅਸੀਂ ਇੱਕ ਘੜੇ ਚੋਂ ਪਾਣੀ ਪੀਵਾਂਦੇ ਹਾਂ ਤੁਸੀਂ ਅੱਜ ਸਾਨੂੰ ਘੜਿਆਂ ਦੇ ਵਿੱਚ ਆੜ-ਆੜ ਪਾਣੀ ਦੇ ਕੇ ਸਾਨੂੰ ਵੰਡਣਾ ਚਾਹੁੰਦੇ ਹੋ ਅੱਜ ਤੁਸੀਂ ਦੋ ਘੜੇ ਰੱਖਾਂਗੇ ਰੱਖੇ ਨੇ ਕੱਲ ਨੂੰ ਤੁਸੀਂ ਦੋ ਮੁਲਕ ਬਣਾਵੋਗੇ ਉਹ ਉਹੀ ਕਾਰਾ ਕਰਕੇ ਗਏ ਪਹਿਲਾਂ ਘੜੇ ਆੜ ਰੱਖੇ ਫਿਰ ਦੋ ਮੁਲਕ ਢ ਬਣਾਏ ਅੱਜ ਐਸੇ ਚੱਲ ਰੇ ਸ਼ਾਂਤੀ ਪ੍ਰੀਆ ਜਿਹੜਾ ਮਾਹੌਲ ਹੈ ਉਸ ਨੂੰ ਵਿਗਾੜਨ ਦੇ ਲਈ ਕਈ ਐਸੇ ਲੋਕ ਕਈ ਐਸੇ ਮੂੜਮਤੀਏ ਲੋਕ ਉਹ ਫਿਰ ਸਿੱਖ ਧਰਮ ਦੀ ਆੜ ਦੇ ਵਿੱਚ ਕਹਿ ਦੇਣਗੇ ਅਸੀਂ ਇਹ ਕੀਤਾ ਮੈਂ ਫਿਰ ਕਹਦੇ ਆ ਜਿਹੜੇ ਲੋਕ ਹੰਕਾਰ ਹੀ ਹੁੰਦੇ ਨੇ ਉਹ ਸਿੱਖ ਨਹੀਂ ਹੁੰਦੇ ਜੇ ਲੰਗਰ ਚੱਲ ਰਿਹਾ ਇਹ ਗੁਰੂ ਨਾਨਕ ਦਾ ਲੰਗਰ ਹੈ ਕਿਸੇ ਸਪੈਸੀਫਿਕ ਸੰਪਰਦਾ ਦਾ ਨਹੀਂ ਹੈ ਕਿਉਂਕਿ ਸਿੱਖਾਂ ਨੇ ਲੰਗਰ ਲਾਇਆ ਨਹੀਂ ਇਹ ਗੁਰੂ ਨਾਨਕ ਲਾਉਂਦਾ ਹੈ ਲੰਗਰ ਔਰ ਗੁਰੂ ਨਾਨਕ ਨੇ ਪਹਿਲਾਂ ਕਿਹਾ ਨਾ ਕੋ Hindu ਨਾ Musalman ਇੱਥੇ ਤੇ ਲੰਗਰ ਦੀਆਂ ਫੋਟੋਆਂ ਖਿੱਚ ਲੈਂਦੇ ਨੇ ਇਹ ਤੇ ਹੰਕਾਰ ਨਹੀਂ ਤੇ ਹੋਰ ਕੀ ਹੈ ਇਹ ਤਾਂ ਸੇਵਾ ਕਰਕੇ ਮਨੁੱਖ ਨੇ ਨਿਮਰਤਾ ਵਿੱਚ ਜਾਣਾ ਨਿਮਰਤਾ ਵਿੱਚ ਜਾਣਾ ਹੈ ਇੱਥੇ ਇਹ ਪ੍ਰਦਰਸ਼ਨ ਹੋ ਰਿਹਾ ਆਪਣੇ ਲੰਗਰ ਦਾ ਐਸਾ ਨਹੀਂ ਹੈ ਇਸ ਕਰਕੇ ਨਿਮਰਤਾ ਵਿੱਚ ਚੱਲਣਾ ਐਸੇ ਲੋਕਾਂ ਤੋਂ ਬਚ ਕੇ ਰਹਿਣਾ ਜਿਹੜੇ ਸੰਪਰਦਾਇਕ ਕ੍ਰੀਏਟ ਕਰਦੇ ਨੇ ਔਰ ਗਵਰਨਮੈਂਟ ਦੀਆਂ ਰਾਜ ਦੀ ਇਹ ਵੀ ਨੀਤੀ ਦਾ ਇੱਕ ਹਿੱਸਾ ਹੈ ਨੀਤੀ ਚੰਗੀ ਗੱਲ ਹੈ ਨੀਤੀਆਂ ਚੰਗੀਆਂ ਹੋਣੀਆਂ ਚਾਹੀਦੀਆਂ ਨੇ ਰਾਜ ਦੀ ਨੀਤੀ ਚੰਗੀ ਹੋਣੀ ਚਾਹੀਦੀ ਹੈ ਪਰ ਜਿਨ੍ਹਾਂ ਦੀ ਨੀਅਤ ਚੰਗੀ ਹੁੰਦੀ ਹੈ ਉਹਨਾਂ ਦੀਆਂ ਨੀਤੀਆਂ ਵੀ ਚੰਗੀਆਂ ਹੁੰਦੀਆਂ ਨੇ ਜਿਨ੍ਹਾਂ ਦੀ ਨੀਅਤ ਮਾੜੀ ਹੁੰਦੀ ਹੈ ਉਹਨਾਂ ਦੀਆਂ ਨੀਤੀਆਂ ਵੀ ਮਾੜੀਆਂ ਹੁੰਦੀਆਂ ਨੇ ਰਾਜ ਮਾੜੇ ਨਹੀਂ ਰਾਜਨੀਤੀ ਮਾੜੀ ਨਹੀਂ ਰਾਜਨੀਤੀ ਦੇ ਪਿੱਛੇ ਨੀਅਤ ਮਾੜੀ ਨਹੀਂ ਹੋਣੀ ਚਾਹੀਦੀ ਜਦੋਂ ਮਨੁੱਖ ਦੀ ਨੀਅਤ ਰਾਜਨੀਤੀ ਦੇ ਪਿੱਛੇ ਮਾੜੀ ਹੋ ਜਾਏ ਰਾਜ ਆਪਣੇ ਆਪ ਹੀ ਮਾੜਾ ਹੋ ਜਾਂਦਾ ਹੈ ਇਸ ਕਰਕੇ ਇਹ ਵੀ ਨੇ ਇੱਕ ਨੀਤੀ ਹੈ ਰਾਜ ਹੱਥੇ ਹੋਣ ਦੀ ਔਰ ਭੈੜੀ ਨੀਤੀ ਹੈ ਵੰਡ ਕੇ ਲੋਕਾਂ ਤੇ ਰਾਜ ਕਰੋ ਕਦੇ ਹਿੰਦੂ ਮੁਸਲਮ ਨਹੀਂ ਲੜਨਗੇ ਨਾ ਲੜ ਸਕਦੇ ਨੇ ਲੜਾਇਆ ਜਾਂਦਾ ਹੈ ਇਹ ਸ਼ੁਰੂ ਤੋਂ 12ਵੀਂ ਸਦੀ ਤੋਂ ਜੋਂ ਇੱਥੇ ਰਾਜ ਹੋਇਆ ਪਹਿਲਾਂ ਜਿਹਹਾਦ ਚਲਾਇਆ ਜਾਂਦਾ ਰਿਹਾ 12ਵੀਂ ਤੋਂ ਲੈ ਕੇ 18-19ਵੀਂ ਸੋ ਅੱਜ ਤਈ ਉਹ ਹੀ ਨੀਤੀ ਜਿਹੜੀ ਵਰਤੀ ਜਾਂਦੀ ਸੀ ਅੱਜ ਤਈ ਤੁਰੇ ਆਉਂਦੀ ਹੈ ਗੁਰੂ ਜੀ ਕਿਰਪਾ ਕਰਨ ਐਸੇ ਲੋਕਾਂ ਤੋਂ ਬਚਾ ਕੇ ਇਹ ਜਿਹੜਾ ਅੰਦੋਲਨ ਚੱਲਿਆ ਸੁਖ ਸ਼ਾਂਤੀ ਨਾਲ ਲੋਕੀ ਆਪਣੇ ਘਰਾਂ ਵਿੱਚ ਆਉਣ ਆਪਣੇ ਬੱਚਿਆਂ ਵਿੱਚ ਆਉਣ ਬੜੇ ਨੌਜਵਾਨ ਮਾਵਾਂ ਦੇ ਪੁੱਤ ਉੱਤੇ ਬੈਠੇ ਨੇ ਕੱਲ ਨੂੰ ਐਸਾ ਨਾ ਹੋਏ ਕੋਈ ਐਸਾ ਮਾਹੌਲ ਵਿਗੜੇ ਮਾਵਾਂ ਦੇ ਜਵਾਨ ਪੁੱਤ ਆਪਣੇ ਗਏ ਨੇ ਟਰਾਲੀਆਂ ਲੈ ਕੇ ਕਦੀਆਂ ਉਹਨਾਂ ਟਰਾਲੀਆਂ ਦੇ ਵਿੱਚ ਕੋਈ ਅਨਸੁਖਾਵਾਂ ਮੋਹਲ ਵਾਪਰ ਕੇ ਇਸ ਡੀਟੀ ਰੋਡ ਥਾਣੀ ਜਾਣ ਐਸੀ ਅਰਦਾਸ ਆਪਾਂ ਗੁਰੂ ਦੇ ਅਗੇ ਕਰੀਏ ਮਹਾਰਾਜ ਇੱਥੋਂ ਸੁਖ ਸ਼ਾਂਤੀ ਨਾਲ ਜਾਣ ਆਪਣੇ ਘਰਾਂ ਵਿੱਚ ਬੈਠਣ ਆਪਣੇ ਬੱਚਿਆਂ ਵਿੱਚ ਆਪਣੀ ਆਰਥਿਕਤਾ ਲੈ ਕੇ ਗਏ ਨੇ ਗੁਰੂ ਜੀ ਸੁਖ ਸ਼ਾਂਤੀ ਨਾਲ ਇਹ ਮਾਹੌਲ ਬਖਸ਼ਣ ਇਹਨੀਆਂ ਬੇਨਤੀਆਂ ਪਰਵਾਨ ਹੋਈ ਪੁੱਤ ਜੀ ਲਖੀ ਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ